ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਚੈਨਲ ਜਗਰੂ এডੂਕੇਸ਼ਨ ਵਿੱਚ ਜਿਹੜਾ ਆਪਣਾ ਅੱਜ ਦਾ ਟੌਪਿਕ ਹੈ ਉਹ ਤੁਹਾਡੇ ਵੱਲੋਂ ਇੱਕ ਸਵਾਲ ਪ੍ਰਾਪਤ ਹੋਇਆ ਸੀ ਕਿ ਸਾਨੂੰ ਟੈਂਸਸ ਵੀ ਆ ਗਏ ਅਸੀਂ ਟਾਂਟਾ ਜਾ ਕਲੀਅਰ ਕਰ ਲਿਆ ਹਨ ਪਾਰਟਸ ਆਫ ਸਪੀਚ ਵੀ ਅਸੀਂ ਕਰ ਲਏ ਸਾਨੂੰ ਇਹ ਸਾਰੀਆਂ ਚੀਜ਼ਾਂ ਵਧੀਆ ਆਉਣ ਲੱਗ ਗਈਆਂ ਤੇ ਅਸੀਂ ਪੰਜਾਬੀ ਤੋਂ ਅੰਗਰੇਜ਼ੀ ਟਰਾਂਸਲੇਸ਼ਨ ਵੀ ਵਧੀਆ ਕਰ ਲੈਨੇ ਆ ਪੰਜਾਬੀ ਤੋਂ ਇੰਗਲਿਸ਼ ਬਣਾ ਲੈਣੇ ਆ ਵੀ ਪੰਜਾਬੀ ਚ ਇੱਕ ਵਾਕ ਲਿਖਿਆ ਪਿਆ ਉਹਨੂੰ ਟ੍ਰਾਂਸਲੇਟ ਕਰ ਲੈਣੇ ਆ ਅੰਗਰੇਜ਼ੀ ਚ ਪਰ ਪੰਗਾ ਅੱਗੇ ਜਿਹੜਾ ਪੈ ਰਿਹਾ ਉਹ ਇਹ ਐ ਵੀ ਅਸੀਂ ਅੰਗਰੇਜ਼ੀ ਤੋਂ ਜਦੋਂ ਪੰਜਾਬੀ ਬਣਾਉਣੀ ਹੁੰਦੀ ਆ ਉਦੋਂ ਸਾਨੂੰ ਸਮਝ ਜੀ ਨਹੀਂ ਆਉਂਦੀ ਅਸੀਂ ਉਲਝ ਜੇ ਜਾਂਦੇ ਆ ਸਾਨੂੰ ਸਹੀ ਮਤਲਬ ਬਣਦਾ ਨਹੀਂ ਜਾਂ ਕਹਿ ਲਓ ਸਾਥੋਂ ਟ੍ਰਾਂਸਲੇਸ਼ਨ ਹੁੰਦੀ ਨਹੀਂ ਹਜੇ ਵੀ ਇੱਕ ਆਪਣਾ ਅੰਗਰੇਜ਼ੀ ਚ ਹਨਾ ਪੈਰਾਗ੍ਰਾਫ ਇੱਕ ਲਿਖਿਆ ਪਿਆ ਅਸੀਂ ਉਹਨੂੰ ਪੜ੍ਹ ਲੈਣੇ ਆ ਸਾਡੇ ਤੋਂ ਸਮਾਰ ਕੇ ਪੰਜਾਬੀ ਚ ਬਣਦਾ ਨਹੀਂ ਵੀ ਸਾਨੂੰ ਸਮਾਰ ਕੇ ਸਮਝ ਨਹੀਂ ਆਉਂਦਾ ਹੁਣ ਆਪਾਂ ਦੇਖਦੇ ਆਂ ਵੀ ਇਹਦੇ ਪਿੱਛੇ ਜਿਹੜਾ ਕਾਰਨ ਆ ਉਹ ਕੀ ਆ ਇਹਦੇ ਪਿੱਛੇ ਕਾਰਨ ਇਹ ਆ ਵੀ ਅਸੀਂ ਬੇਸਿਕ ਸਾਰਾ ਕੁਝ ਸਿੱਖ ਲਿਆ ਹਨਾ ਬੇਸਿਕ ਸ਼ਬਦ ਸਿੱਖ ਲਏ ਜਿਹੜੇ ਛੋਟੇ ਛੋਟੇ ਸੌਖੇ ਸੌਖੇ ਕਾਮਨ ਸ਼ਬਦ ਨੇ ਉਹ ਅਸੀਂ ਸਾਰੇ ਸਿੱਖ ਲਏ ਪਰ ਜਦੋਂ ਅਸੀਂ ਦੇਖੋ ਇੱਕ ਪੈਰਾਗ੍ਰਾਫ ਸਾਹਮਣੇ ਲਿਖਿਆ ਪਿਆ ਤੁਸੀਂ ਇੱਕ ਗੱਲ ਨੋਟ ਕਰਿਓ ਜੇ ਇਹ ਪੈਰਾਗ੍ਰਾਫ ਜਮਾਂ ਸਿੰਪਲ ਲਿਖਿਆ ਹੋਇਆ ਮੰਨ ਲਓ ਜਿਵੇਂ ਹੁਣ ਤੁਸੀਂ ਹਨਾ ਛੋਟੀਆਂ ਕਲਾਸਾਂ ਵਾਲੀ ਕੋਈ ਕਿਤਾਬ ਲੈ ਲਈਂ ਇੰਗਲਿਸ਼ ਦੀ ਉਹ ਚ ਪੈਰਾਗ੍ਰਾਫ ਲਿਖਿਆ ਉਹ ਤੁਸੀਂ ਸਮਝ ਜੂਗੇ ਇਹ ਤੁਸੀਂ ਚੈੱਕ ਕਰਕੇ ਦੇਖਿਓ ਤੁਸੀਂ ਇਸ ਗੱਲ ਤੇ ਗੌਰ ਕਰਿਓ ਉਹ ਤੁਸੀਂ ਸਮਝ ਜੂਗੇ ਪਰ ਜਦੋਂ ਤੁਸੀਂ ਕਿਤੇ ਹਨਾ ਕੋਈ ਮੈਗਜ਼ੀਨ ਕੋਈ ਬੁੱਕ ਕੋਈ ਨੋਵਲ ਹਨਾ ਇਹੋ ਜਿਹਾ ਕੋਈ ਹੋਰ ਜਾਂ ਵੱਡੀਆਂ ਕਲਾਸਾਂ ਦੀ ਕੋਈ ਬੁੱਕ ਲੈ ਲਈ ਉਦੋਂ ਪੜ੍ਹੋਗੇ ਉੱਥੇ ਤੁਹਾਨੂੰ ਲੱਗੂਗਾ ਵੀ ਇੱਥੇ ਸਵਾਲ ਉੱਠਦਾ ਸਾਨੂੰ ਸਮਝ ਜਾਂ ਨਹੀਂ ਆਇਆ ਇਹ ਜਿਹੜੀ ਸਮੱਸਿਆ ਇਹਦੀ ਜੜ ਪਤਾ ਕੀ ਆ ਇਹਦੀ ਜੜਾ ਸਾਡੇ ਕੋਲੇ ਸ਼ਬਦਾਂ ਦਾ ਖਜ਼ਾਨਾ ਹਨਾ ਲਓ ਜੀ ਸਾਡੇ ਕੋਲੇ ਸ਼ਬਦਾਂ ਦਾ ਜਿਹੜਾ ਖਜ਼ਾਨਾ ਉਹ ਹਜੇ ਘੱਟ ਹੈ ਅਸੀਂ ਨਵੀਂ-ਨਵੀਂ ਅੰਗਰੇਜ਼ੀ ਸਿੱਖੀ ਆ ਨਵੇਂ-ਨਵੇਂ ਸ਼ਬਦ ਹੋਣ ਅਸੀਂ ਸਿੱਖੇ ਨੇ ਜਿਹੜੇ ਕਾਮਨ ਯੂਜ਼ ਹੁੰਦੇ ਨੇ ਉਹ ਅਸੀਂ ਸਿੱਖ ਲਏ ਨੇ ਵਰਤੋਂ ਕਰ ਕਰਕੇ ਹਨਾ ਪਰ ਜਿਹੜਾ ਸਾਡਾ ਖਜ਼ਾਨਾ ਨਾ ਉਹ ਹਜੇ ਥੋੜਾ ਜਿਹਾ ਘੱਟ ਆ ਹਨਾ ਆਏ ਆ ਜਿਵੇਂ ਜਿਵੇਂ ਇਹ ਭਰਦਾ ਜਾਊਗਾ ਸਾਡੇ ਕੋਲੇ ਜਿਹੜਾ ਖਜ਼ਾਨਾਗਾ ਓਵੇਂ-ਓਵੇਂ ਅਸੀਂ ਟਰਾਂਸਲੇਸ਼ਨ ਵਧੀਆ ਕਰਦੇ ਜਾਵਾਂਗੇ ਜਦੋਂ ਅਸੀਂ ਟਰਾਂਸਲੇਸ਼ਨ ਕਰਦੇ ਆ ਦੇਖੋ ਅਸੀਂ ਇੱਕ ਲਾਈਨ ਪੜ੍ਹ ਲਈ ਜੇ ਸਾਨੂੰ ਉਹ ਲਾਈਨ ਦੇ ਵਿੱਚ 1 2 3 4 5 ਸ਼ਬਦਾਂ ਦੀ ਲਾਈਨ ਬਣੀ ਆ ਇੱਕ ਵਾਕ 5 ਸ਼ਬਦਾਂ ਦਾ ਜੇ ਸਾਨੂੰ ਪੰਜੇ ਸ਼ਬਦਾਂ ਦਾ ਅਰਥ ਪਤਾ ਹੈਗਾ ਜਿਹੜੇ ਜਿਹੜੇ ਸ਼ਬਦ ਵਰਤੇ ਗਏ ਵੀ ਇਹ ਕਿਵੇਂ ਕਿਵੇਂ ਕਿੱਥੇ ਕਿੱਥੇ ਵਰਤੇ ਜਾਂਦੇ ਉਹਨਾਂ ਸਾਰਿਆਂ ਬਾਰੇ ਸਾਨੂੰ ਗਿਆਨ ਹੈਗਾਗਾ ਤਾਂ ਸਾਨੂੰ ਇਹਦੀ ਟ੍ਰਾਂਸਲੇਸ਼ਨ ਕਰਨ ਵਿੱਚ ਕੋਈ ਦਿੱਕਤ ਨਹੀਂ ਆਉਣੀ ਫੇਰ ਅਸੀਂ ਅੰਗਰੇਜ਼ੀ ਦੀ ਕੋਈ ਵੀ ਲਾਈਨ ਲਿਖੀ ਉਹਨੂੰ ਪੰਜਾਬੀ ਵਿੱਚ ਟ੍ਰਾਂਸਲੇਟ ਕਰ ਲਾਂਗੇ ਪੰਗਾ ਉੱਥੇ ਪੈ ਜਾਂਦਾ ਜਦੋਂ ਮੰਨ ਲਓ ਸਾਨੂੰ ਇਹਨਾਂ ਚ ਇੱਕ ਨਵਾਂ ਸ਼ਬਦ ਆ ਗਿਆ ਸਾਨੂੰ ਇਹਦਾ ਮਤਲਬ ਨਹੀਂ ਪਤਾ ਕੋਈ ਕਨਜੰਕਸ਼ਨ ਕੋਈ ਕਨੈਕਟਰ ਇਹੋ ਜਿਹਾ ਯੂਜ਼ ਕਰਿਆ ਹੋਇਆਗਾ ਸਾਨੂੰ ਉਹਦਾ ਮਤਲਬ ਨਹੀਂ ਪਤਾ ਤਾਂ ਫੇਰ ਟ੍ਰਾਂਸਲੇਸ਼ਨ 'ਚ ਸਾਡੀ ਗੱਡੀ ਖੜ ਜੂ ਇਸ ਕਰਕੇ ਆਪਾਂ ਕੀ ਕਰਨਾਗਾ ਜਿਵੇਂ ਸਾਡੇ ਕੋਲ ਕੋਈ ਪੈਰਾਗ੍ਰਾਫ ਆ ਹੁਣ ਅਸੀਂ ਹੈਨਾ ਪ੍ਰੈਕਟਿਸ ਟਾਈਮ ਆ ਸਾਡਾ ਅਸੀਂ ਸਿੱਖ ਰਹੇ ਹਾਂ ਉਹਦੇ 'ਚ ਸਾਨੂੰ ਜਦੋਂ ਨਵਾਂ ਸ਼ਬਦ ਕੋਈ ਮਿਲ ਗਿਆ ਮੰਨ ਲਓ ਆਹ ਸ਼ਬਦ ਸਾਡੇ ਕੋਲੇ ਨਵਾਂ ਇੱਕ ਰਜਿਸਟਰ ਲਾ ਲਓ ਉਹਦੇ 'ਤੇ ਉਹ ਸ਼ਬਦ ਲਿਖੋ ਤੇ ਉਹਦਾ ਮਤਲਬ ਲਿਖੋ ਪੰਜਾਬੀ ਚ ਵੀ ਉਹਦਾ ਮਤਲਬ ਕੀ ਆ ਉਹ ਵੀ ਲਿਖੋ ਸਾਡੇ ਕੋਲ ਸਾਰੇ ਸੋਰਸ ਹੈਗੇ ਨੇ ਨੈਟ ਤੇ ਸਰਚ ਕਰੋ ਕਿਤੇ ਮਰਜੀ ਚਾਹੇ ਕੋਈ ਡਿਕਸ਼ਨਰੀ ਲੈ ਲਓ ਹਣਾ ਤੁਸੀਂ ਸਰਚ ਕਰਕੇ ਇਹਦਾ ਮਤਲਬ ਲਿਖ ਲੈਣਾ ਤੇ ਇਹ ਜਿਹੜਾ ਵਾਕ ਬਣਿਆ ਹੋਇਆ ਨਾ ਇਹਨੂੰ ਚੰਗੀ ਤਰ੍ਹਾਂ ਫਿਰ ਸਮਝਣਾ ਵੀ ਹਾਂ ਇਹ ਸ਼ਬਦ ਦਾ ਮਤਲਬ ਇਹੇ ਆ ਫਿਰ ਇਹ ਵਾਕ ਦਾ ਮਤਲਬ ਇਹ ਹੋ ਗਿਆ ਇੱਥੇ ਉਹ ਵਾਕ ਵੀ ਲਿਖ ਲਓ ਕਿਉਂਕਿ ਅਸੀਂ ਨਾਲ-ਨਾਲ ਇਹ ਸ਼ਬਦ ਵਰਤਿਆ ਕਿਵੇਂ ਸੀ ਵਾਕ ਚ ਉਹ ਵੀ ਲਿਖਣਾ ਆਪਾਂ ਇੱਕ ਸ਼ਬਦ ਦਾ ਦੇਖੋ ਨੋਟ ਬਣਾ ਲਿਆ ਦੂਜੇ ਦਾਈ ਬਣਾ ਲਓ ਤੀਜੇ ਦਾਈ ਬਣਾ ਲਓ ਰੋਜ਼ ਅਸੀਂ ਜੇ ਰੀਡਿੰਗ ਕਰ ਰਹੇ ਆ ਪ੍ਰੈਕਟਿਸ ਕਰਦੇ ਆ ਜੇ ਸਾਨੂੰ 5 ਸ਼ਬਦ ਵੀ ਮਿਲ ਗਏ ਤਾਂ ਅਸੀਂ ਉਹ ਪੰਜੇ ਨੋਟ ਕਰ ਲੈਣੇ ਆ ਐਂ ਕਰਦੇ ਕਰਦੇ ਸਾਡੇ ਕੋਲੇ ਹਨਾ ਜਿਵੇਂ 5 ਦਿਨਾਂ 'ਚ ਸਾਡੇ ਕੋਲ 25 ਬਣ ਜਾਣਗੇ 25ਵੇਂ ਸ਼ਬਦ ਆ ਗਏ ਜੇ ਅਸੀਂ ਨੋਟ ਕਰੇ ਹੋਣਗੇ ਉਹਨਾਂ ਦਾ ਮਤਲਬ ਲਿਖਿਆ ਹੋਊ ਕਦੋਂ ਮਰਜ਼ੀ ਅਸੀਂ ਪੇਜ ਅਲਟਾ ਕੇ ਪਿੱਛੇ ਦੇਖ ਸਕਦੇ ਆ ਮਤਲਬ ਆਪਣੇ ਕੋਲੇ ਰਿਵੀਜ਼ਨ ਲਈ ਇੱਕ ਚੰਗਾ ਸੋਰਸ ਤਿਆਰ ਹੋ ਰਿਹਾ ਸੀ ਕਦੋਂ ਮਰਜ਼ੀ ਰਿਵਾਈਜ਼ ਕਰ ਲਈਏ ਕਦੋਂ ਮਰਜ਼ੀ ਦੁਬਾਰੇ ਪੜ ਕੇ ਸਿੱਖ ਲਈਏ ਫਿਰ ਉਹਨਾਂ ਦੀ ਵਰਤੋਂ ਕਰੀਏ ਇਹਨਾਂ ਨੂੰ ਵਰਤੋਂ ਚ ਲੈ ਕੇ ਆਈਏ ਹੌਲੀ ਹੌਲੀ ਕਰਕੇ ਦੇਖੋ ਹਣਾ ਟਾਈਮ ਤਾਂ ਲੱਗਦਾ ਹੀ ਆ ਹੌਲੀ ਹੌਲੀ ਕਰਕੇ ਜਿਵੇਂ ਜਿਵੇਂ ਸਾਡਾ ਇਹ ਸ਼ਬਦਾਂ ਦਾ ਖਜ਼ਾਨਾ ਭਰੂਗਾ ਸਾਨੂੰ ਟ੍ਰਾਂਸਲੇਸ਼ਨ ਕਰਨੀ ਸੌਖੀ ਹੁੰਦੀ ਜਾਊਗੀ ਇਹ ਤੁਸੀਂ ਚੀਜ਼ ਨੋਟ ਕਰਿਓ ਤੇ ਅੱਗੇ ਇਹਦੇ ਤੇ ਲਿਮਟ ਕੋਈ ਨਹੀਂ ਹੁੰਦੀ ਇਹਦਾ ਮੂੰਹ ਖੁੱਲਾ ਹੀ ਆ ਇਹ ਤੁਹਾਨੂੰ ਜਾਂਦਾ ਜਾਊਗਾ ਜਿੰਨਾ ਮਰਜ਼ੀ ਭਰੀ ਚੱਲੋ ਆਪਦੇ ਹਿਸਾਬ ਨਾਲ ਤੇ ਇਹ ਅਸੀਂ ਹਮੇਸ਼ਾ ਸਿੱਖਦੇ ਹੀ ਰਹਿਣੇ ਆ ਬਸ ਨਵਾਂ ਸ਼ਬਦ ਮਿਲਿਆ ਉਹਨੂੰ ਸਿੱਖ ਲਓ ਹੁਣ ਇੱਕ ਗੱਲ ਹੋਰ ਨੋਟ ਕਰਿਓ ਦੇਖੋ ਹਣਾ ਅੰਗਰੇਜ਼ੀ ਤੋਂ ਪੰਜਾਬੀ ਟਰਾਂਸਲੇਸ਼ਨ ਅਸੀਂ ਉਲਝੇ ਰਹੇ ਨੇ ਵੀ ਪਤਾ ਨਹੀਂ ਮੈਨੂੰ ਅਜੇ ਸਮਾਰ ਕੇ ਆਉਣ ਨਹੀਂ ਲੱਗੀ ਉਹਦੇ ਪਿੱਛੇ ਵਾਲਾ ਜਿਹੜਾ ਕਾਰਨ ਹੈ ਵੀ ਸਾਡੇ ਕੋਲ ਸ਼ਬਦਾਂ ਦਾ ਖਜ਼ਾਨਾ ਹਜੇ ਘੱਟ ਆ ਅਸੀਂ ਇਹ ਤੇ ਗੌਰ ਨਹੀਂ ਕਰ ਰਹੇ ਵੀ ਇਹਦੇ ਕਰਕੇ ਅਸੀਂ ਹੋਰ ਹੀ ਪਾਸੇ ਉਲਝ ਜਾਂਦੇ ਆ ਹੁਣ ਜੇ ਅਸੀਂ ਇੱਕ ਗੱਲ ਤੇ ਗੌਰ ਕਰੀਏ ਵੀ ਸਾਨੂੰ ਪੰਜਾਬੀ ਪੂਰੀ ਵਧੀਆ ਆਉਂਦੀ ਆ ਅਸੀਂ ਪੰਜਾਬੀ ਚ ਹਨ ਨਿਪੁੰਨ ਆ ਅਸੀਂ ਸਾਰੇ ਕਿਤੇ ਪੜ ਕੇ ਸਮਝ ਲੈਨੇ ਆ ਪਰ ਕੀ ਇਹ 100% ਸੱਚ ਆ ਦੱਸੋ ਤੁਸੀਂ ਇਹਦੇ ਨਾਲ ਸਹਿਮਤ ਹੋ ਵੀ ਪੰਜਾਬੀ ਦਾ ਕੋਈ ਵੀ ਪੈਰਾਗ੍ਰਾਫ ਲਿਖਿਆ ਹੋਵੇ ਸਾਨੂੰ ਹਰ ਪੈਰਾਗ੍ਰਾਫ ਦੀ ਸਮਝ ਆ ਜਾਂਦੀ ਆ ਇਹ ਜ਼ਰੂਰੀ ਥੋੜੀ ਆ ਬਹੁਤ ਵਾਰ ਅਸੀਂ ਇਹੋ ਜਿਹਾ ਪੰਜਾਬੀ ਦਾ ਪੈਰਾਗ੍ਰਾਫ ਦੇਖਦੇ ਆ ਜਿਹਦੇ ਚ ਸਾਨੂੰ ਕੋਈ ਲਾਈਨ ਨਹੀਂ ਸਮਝ ਆਉਂਦੀ ਹੁਣ ਸਾਨੂੰ ਉਹ ਲਾਈਨ ਕਿਉਂ ਨਹੀਂ ਸਮਝ ਆਈ ਸਾਡੇ ਪੱਲੇ ਕਿਉਂ ਨਹੀਂ ਪਈ ਕਿਉਂਕਿ ਉਹਦੇ 'ਚ ਇਹੋ ਜਿਹੇ ਸ਼ਬਦ ਸੀ ਜਿਨ੍ਹਾਂ ਦਾ ਸਾਨੂੰ ਮਤਲਬ ਨਹੀਂ ਪਤਾ ਸੀ ਹਨਾ ਸ਼ਬਦਾਂ ਦਾ ਖਜ਼ਾਨਾ ਸਾਡਾ ਉੱਥੇ ਥੋੜਾ ਜਿਹਾ ਘਟ ਗਿਆ ਉਹ ਸ਼ਬਦ ਸਾਡੇ ਸ਼ਬਦਾਂ ਦੇ ਖਜ਼ਾਨੇ 'ਚ ਨਹੀਂ ਸੀ ਇਸ ਕਰਕੇ ਸਾਨੂੰ ਪੰਜਾਬੀ ਦੀ ਵੀ ਲਾਈਨ ਨਹੀਂ ਸਮਝ ਆਈ ਹੁਣ ਜੇ ਕੱਲ ਨੂੰ ਸਾਨੂੰ ਕੋਈ ਆ ਕੇ ਕਹਿ ਦੇ ਵੀ ਤੂੰ ਤਾਂ ਯਾਰ ਪੰਜਾਬੀਆ ਤੈਨੂੰ ਵੀ ਪੰਜਾਬੀ ਦੀ ਲਾਈਨ ਨਹੀਂ ਸਮਝ ਆਈ ਫਿਰ ਇਹ ਗੱਲ ਤਾਂ ਨਹੀਂ ਨਾ ਬਣਦੀ ਕਿਉਂਕਿ ਸ਼ਬਦਾਂ ਦਾ ਜਿਹੜਾ ਖਜ਼ਾਨਾ ਇਹ ਤਾਂ ਅਸੀਂ ਸਾਰੀ ਉਮਰ ਹੀ ਸਿੱਖਦੇ ਰਹਿਣੇ ਆ ਨਵੇਂ-ਨਵੇਂ ਸ਼ਬਦ ਹੁਣ ਸਾਨੂੰ ਪੰਜਾਬੀ ਦੇ ਸਾਰੇ ਸ਼ਬਦ ਥੋੜੀ ਪਤਾ ਇਸ ਕਰਕੇ ਇਹੀ ਚੀਜ਼ ਇੱਥੇ ਲਾਗੂ ਹੁੰਦੀ ਆ ਵੀ ਜਦੋਂ ਅਸੀਂ ਇੰਗਲਿਸ਼ ਤੋਂ ਪੰਜਾਬੀ ਟਰਾਂਸਲੇਟ ਕਰਦੇ ਆ ਚਾਹੇ ਸਾਨੂੰ ਇੰਗਲਿਸ਼ ਪੂਰੀ ਵਧੀਆ ਆਉਂਦੀ ਆ ਪਰ ਜੇ ਉਹਦੇ 'ਚ ਇਹੋ ਜਿਹੇ ਸ਼ਬਦ ਨੇ ਜਿਨ੍ਹਾਂ ਦਾ ਸਾਨੂੰ ਮਤਲਬ ਨਹੀਂ ਪਤਾ ਤਾਂ ਟਰਾਂਸਲੇਸ਼ਨ ਮੁਸ਼ਕਿਲ ਹੋਊਗੀ ਤੇ ਇਹਦਾ ਹੱਲ ਇਹੀ ਆ ਵੀ ਰਜਿਸਟਰ ਲਾ ਲਈਏ ਤੇ ਵੱਧ ਤੋਂ ਵੱਧ ਸਿੱਖਦੇ ਰਹੀਏ ਸਿੱਖਦੇ ਰਹੀਏ ਤੇ ਜਿਹੜਾ ਆਪਣਾ ਇਹ ਸ਼ਬਦਾਂ ਦਾ ਖਜ਼ਾਨਾ ਇਹਦੇ 'ਚ ਨਵੇਂ-ਨਵੇਂ ਸ਼ਬਦ ਪਾਈ ਚੱਲੀਏ ਫੇਰ ਹੌਲੀ-ਹੌਲੀ ਕਰਕੇ ਇਹ ਟ੍ਰਾਂਸਲੇਸ਼ਨ ਸੌਖੀ ਹੁੰਦੀ ਜਾਊਗੀ ਇਹ ਚੀਜ਼ ਸਾਨੂੰ ਮਹਿਸੂਸ ਵੀ ਹੋਊਗੀ ਸਾਨੂੰ ਪਤਾ ਵੀ ਲੱਗੂਗੀ ਜੇ ਅਸੀਂ ਇਸੇ ਤਰੀਕੇ ਨਾਲ ਕੰਮ ਕਰਿਆ ਤੇ ਉਮੀਦ ਕਰਦੇ ਆਂ ਜਿਹੜੀ ਇਹ ਤੁਹਾਡੇ ਮਨ 'ਚ ਕਨਫਿਊਜ਼ਨ ਸੀ ਅੰਗਰੇਜ਼ੀ ਤੋਂ ਪੰਜਾਬੀ 'ਚ ਟ੍ਰਾਂਸਲੇਟ ਕਰਦੇ ਸਮੇਂ ਉਹ ਦੂਰ ਹੋ ਗਈ ਹੋਊਗੀ ਤੇ ਜੇ ਤੁਹਾਡੇ ਮਨ 'ਚ ਹੋਰ ਕੋਈ ਵੀ ਸਵਾਲ ਆ ਜਾਂ ਕਨਫਿਊਜ਼ਨ ਆ ਤਾਂ ਉਹ ਵੀ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਹੋ ਅਗਲੀ ਵੀਡੀਓ ਲੈ ਕੇ ਜਲਦੀ ਫੇਰ ਆਜ ਰੋਵਾਂਗੇ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ